ਉਹਦੇ ਭਰਾ ਵੀ ਪਿਓ ਪੁੱਤ ਉੱਥੇ ਬੈਠੇ ਬਾਦਲ ਕਿਹੜਾ ਤਾਂ ਮੰਜੇ ਤੋਂ ਡਿੱਗ ਪੈਣ ਵੀ ਆਹ ਕੀ ਹੋ ਗਈ ਟੀੜਸਾ ਹੋ ਗਈ ਤੇਰਾ ਕੱਠ ਢੋਇਆ ਕੱਠ ਸੀ ਢੀੜਸਾ ਸਾਹਿਬ ਦਾ ਕੱਠ ਆਪ ਮੁਹਾਰੇ ਹੋਇਆ ਕੱਠ ਅਕਾਲ ਤਖ਼ਤ ਤੋਂ ਜਹਾਂਗੀਰ ਡਰਦਾ ਸੀ ਅਕਾਲ ਤਖ਼ਤ ਤੋਂ ਅੰਗਰੇਜ਼ ਡਰਦੇ ਸੀ ਹਾਏ ਰੱਬਾ ਪਤਾ ਨਹੀਂ ਜ਼ਿਆਦੇ ਖਾਲੀ ਸੁਖਵੀਰ ਨਹੀਂ ਡਰਦਾ ਸੁਖਵੀਰ ਘੱਟ ਤੇਰਾ ਪਿਓ ਵੀ ਨਹੀਂ ਅੰਬ ਤੂੰ ਵੀ ਤੋੜੀ ਜਾਂਦਾ ਤੇ ਅੰਬਾ ਵੀ ਤੋੜੀ ਜਾਂਦਾ ਨਾ ਉਹਨੂੰ ਸਿੱਖੀ ਆਉਂਦੀ ਹੈ ਨਾ ਬਾਣੀ ਆਉਂਦੀ ਹੈ ਆਹ ਮੇਰਾ ਪਿੰਨ ਹੈ ਮੈਂ ਯੂਪੀ 'ਚ MLC ਹੈ MLA ਹੈ ਮੈਂ ਅਸਤੀਫਾ ਦੇ ਦੂੰ ਪੰਜ ਪਿਆਰਿਆਂ ਦੇ ਚਾਰ ਸਾਹਿਬਜ਼ਾਦਿਆਂ ਦੇ 10 ਗੁਰੂ ਸਾਹਿਬਾਨਾਂ ਦੇ ਅਤੇ ਬਿਨਾਂ ਕਾਗਜ਼ ਦੇਖਿਆ ਨਾ ਲੈ ਦੇਵੇ ਬੀਤੇ ਦਿਨੀ ਟਕਸਾਲੀਆਂ ਨੇ ਰੈਲੀ ਕੀਤੀ ਤਾਂ ਇਸ ਰੈਲੀ ਵਿੱਚ ਟਕਸਾਲੀਆਂ ਤੋਂ ਬਿਨਾਂ ਕਈ ਪੰਥਕ ਸ਼ਖਸੀਅਤਾਂ ਸਣੇ ਹਰ ਉਸ ਆਗੂ ਨੇ ਸ਼ਿਰਕਤ ਕੀਤੀ ਜਿਹੜਾ ਕਿ ਬਾਦਲਾਂ ਖਿਲਾਫ ਰੱਖੀ ਇਸ ਰੈਲੀ ਦਾ ਸਮਰਥਨ ਕਰਦਾ ਸੀ ਪਹਿਲਾਂ ਤੋਂ ਹੀ ਟਕਸਾਲੀਆਂ ਦੀ ਹਾਂ ਵਿੱਚ ਹਾਂ ਮਿਲਾ ਰਹੇ ਬਲਵੰਤ ਸਿੰਘ ਰਾਮੋਵਾਲੀਆ ਨੇ ਨਾ ਸਿਰਫ ਇਸ ਰੈਲੀ ਵਿੱਚ ਹਿੱਸਾ ਲਿਆ ਸਗੋਂ ਸਟੇਜ ਤੋਂ ਖੜ ਕੇ ਬਾਦਲਾਂ ਖਿਲਾਫ ਤਕਰੀਰਾਂ ਵੀ ਕੀਤੀਆਂ ਰਾਮੋਵਾਲੀਆ ਦਾ ਭਾਸ਼ਣ ਸੁਣਨ ਵਾਲਿਆਂ ਨੂੰ ਭਗਵੰਤ ਮਾਨ ਦੇ ਭਾਸ਼ਣ ਵਰਗਾ ਜਾਪਿਆ ਜਿਸ ਨੇ ਹਸਾ ਹਸਾ ਕੇ ਲੋਕਾਂ ਦੀਆਂ ਵੱਖੀਆਂ ਤਾਂ ਅੰਦਰ ਕੀਤੀਆਂ ਹੀ ਨਾਲ ਹੀ ਬਾਦਲਾਂ ਨੂੰ ਖੂਬ ਰਗੜੇ ਵੀ ਲਾਏ ਰਾਮੋਵਾਲੀਆ ਨੇ ਭਾਸ਼ਣ ਦੀ ਸ਼ੁਰੂਆਤ ਬਾਦਲਾਂ ਨੂੰ ਮੰਜੇ ਤੋਂ ਥੱਲੇ ਡੇਗਣ ਤੋਂ ਸ਼ੁਰੂ ਕੀਤੀ ਅਤੇ ਸੁਖਬੀਰ ਬਾਦਲ ਦੀ ਕਸ਼ਤੀ ਡੋਬਣ ਤੇ ਆ ਕੇ ਖਤਮ ਕੀਤੀ ਪਹਿਲਾਂ ਫਤਿਹ ਬੁਲਾਓ ਜੀ ਫਤਿਹ ਬੁਲਾਓ ਵੀ ਪਿਓ ਪੁੱਤ ਉੱਥੇ ਬੈਠੇ ਬਾਦਲ ਕਿਹੜਾ ਤਾਂ ਮੰਜੇ ਤੋਂ ਡਿੱਗ ਪੈਣ ਵੀ ਆਹ ਕੀ ਹੋ ਗਈ ਟੀੜਸਾ ਹੋ ਗਈ ਲੈ ਬੁਲਾਇਓ ਫਤਿਹ ਵਾਹਿਗੁਰੂ ਜੀ ਕਾ ਬਾਈ ਜੀ ਸੁਖਵੀਰ ਤੇਰਾ ਕੱਠ ਹੋਣੀ ਵੀ ਬੋਲੋ ਨਾ ਤੇਰਾ ਕੱਠ ਢੋਇਆ ਗਿਆ ਸੀ ਢੋਨੇ ਹੋਣੇ ਨਾ ਕਈ ਵਾਰੀ ਮੰਝਾਂ ਦੇ ਥੱਲੇ ਫੱਕ ਜੀ ਪਾਈ ਦੀ ਉਹ ਵੀ ਢੋਈ ਦੀ ਹੈ ਤੇਰਾ ਕੱਠ ਢੋਇਆ ਗਿਆ ਸੀ ਤੇਰਾ ਕੱਠ ਢੋਇਆ ਕੱਠ ਸੀ ਢੀੜਸਾ ਸਾਹਿਬ ਦਾ ਕੱਠ ਆਪ ਮੁਹਾਰੇ ਹੋਇਆ ਕੱਠ ਬਾਦਲ ਕਿਉਂ ਤੁਹਾਡਾ ਕੱਠ ਕੱਚ ਦੇ ਗਲਾਸਾਂ ਦਾ ਸੀ ਦੇਖ ਮੈਂ ਕਿੱਥੇ ਜਾ ਕੇ ਸੁੱਟਣੀ ਹੈ ਤੁਹਾਡਾ ਕੱਠ ਕੱਚ ਦੇ ਗਲਾਸਾਂ ਦਾ ਸੀ ਵਿਮ ਨਾ ਧੋਤੇ ਸਾਬਣ ਨਾ ਧੋਤੇ ਤੇ ਕਈ ਵਾਰੀ ਮੰਜੇ ਤੋਂ ਡਿੱਗ ਪੈਣ ਤੇ ਟੁੱਟ ਜਾਣ ਵਾਲਿਆਂ ਦਾ ਕੱਠ ਸੀ ਜਿਹੜਾ ਆਹ ਕੱਠ ਇਹ ਪਿੱਤਲ ਦੇ ਗਲਾਸਾਂ ਦਾ ਰੇਤੇ ਨਾਲ ਮਾਂਜੇ ਲਸ਼ਕ ਨੂੰ ਹਟਣਾ ਹੀ ਨਹੀਂ ਕੋਈ ਕਸਰ ਬਈ ਅੱਗੇ ਇੱਕ ਹੋਰ ਰਹਿ ਗਿਆ ਉਹ ਪੈਸੇ ਲੈ ਕੇ ਆਏ ਸੀ ਤੇ ਫੋਕੇ ਫਕਾਰੇ ਮਾਰਦੇ ਸੀ ਸ਼ਰਾਬਾਂ ਵੀ ਪੀਤੀਆਂ ਸੀ ਹੌਲੀ ਹੌਲੀ ਫੜੇ ਜਾਣਾ ਉਹਨਾਂ 'ਚ ਕਾਂਗਰਸੀ ਵੀ ਸੀਗੇ ਆਪਣੇ ਵਾਲੇ ਤਾਂ ਕੋਲ ਦੀ ਨਹੀਂ ਲੰਘ ਸਕਦਾ
ਉਹ ਫਕਾਰੇ ਮਾਰਦੇ ਸੀ, ਕਿਰਾਏ ਦੇ ਬੰਦੇ ਸੀ, ਫਕਾਰੇ ਮਾਰਦੇ ਸੀ, ਆ ਲੰਗੇ ਧੜਾ ਆ ਚਕਾਰੇ ਮਾਰਦੇ। ਮੈਂ ਇੱਕ ਗੱਲ ਕਹਿਣੀ ਹੈ, ਨਾਲ ਛੋਟੀ ਕਰੂੰਗਾ, ਡਰਿਓ ਨਾ, ਤਿਆਰੀ ਤਾਂ ਮੇਰੀ ਐਮ ਏ ਦੀ ਪੜ੍ਹਾਈ ਦੀ ਹੈ। ਚਲੋ ਫਿਰ ਹੁਣ ਮੈਂ ਕੀ ਕਹਿਣਾ, ਮੈਂ ਇਹਨਾਂ ਨੂੰ ਕੋਈ ਨਹੀਂ ਟਾਈਮ ਨਹੀਂ ਲਾਉਣਾ, ਢੀਂਡ ਸਰ ਸਾਹਿਬ ਨੇ ਬੋਲਣਾ। ਮੈਂ ਤੁਹਾਨੂੰ ਸਪਸ਼ਟ ਕਰਦਿਆਂ ਕਿ ਇਹ ਇਕੱਠ ਹੋ ਗਿਆ। ਅਗਲੀ ਗੱਲ ਸੁਣਿਓ, ਅਗਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੀ ਅਤੇ ਬਾਦਲਾਂ ਦੀ ਲੜਾਈ ਹੈ। ਆਪਾਂ ਅਕਾਲ ਤਖਤ ਸਾਹਿਬ ਨਾਲ ਹੈ, ਧਿਆਨ ਦਿਓ, ਅਕਾਲ ਤਖਤ ਤੋਂ ਮੁਗਲ ਡਰਦੇ ਸੀ, ਅਕਾਲ ਤਖਤ ਤੋਂ ਜਹਾਂਗੀਰ ਡਰਦਾ ਸੀ, ਅਕਾਲ ਤਖਤ ਤੋਂ ਅੰਗਰੇਜ਼ ਡਰਦੇ ਸੀ। ਹਾਏ ਰੱਬਾ, ਪਤਾ ਨਹੀਂ ਜ਼ਿਆਦੇ ਖਾਲੀ ਸੁਖਬੀਰ ਨਹੀਂ ਡਰਦਾ। ਉਹਦੇ ਕੋਲੋਂ ਕਹਾਉਣਾ ਕਹਿੰਦੇ ਢੀਂਡਸਾ ਜੀ ਨੂੰ ਚਾਚਾ ਤੇ ਨਿੱਤ ਦਾ ਕਲੇਸ਼ ਮੁੱਕ ਜੂ। ਕੰਮ ਔਖਾ, ਇੱਕ ਮੁੰਡਾ ਅੰਬ ਤੋੜੀ ਜਾਵੇ ਚੋਰੀ ਦੇ, ਸੁਖਬੀਰ ਗਿਆ ਉਹ ਸਿਆਣਾ ਬੰਦਾ ਕਹਿੰਦਾ ਓਏ ਅੰਬ ਤੋੜਦਾ, ਮੈਂ ਤੇਰੇ ਪਿਓ ਨੂੰ ਘਰੇ ਜਾ ਕੇ ਦੱਸਦਾ। ਅਲੇ ਕੀ ਕਿਹਾ ਮੈਂ, ਵੀ ਤੂੰ ਅੰਬ ਤੋੜਦਾ, ਮੈਂ ਤੇਰੇ ਪਿਓ ਨੂੰ ਘਰੇ ਜਾ ਕੇ ਦੱਸਦਾ। ਮੁੰਡਾ ਕਹਿੰਦਾ ਦੱਸਣਾ ਕਿੱਥੇ ਤੂੰ ਮੇਰੇ ਬਾਪੂ ਨੂੰ, ਮੇਰਾ ਬਾਪੂ ਘਰੇ ਮਿਲਣਾ ਹੀ ਨਹੀਂ। ਉਹ ਕਹਿੰਦਾ ਘਰੇ ਆਥਣੇ ਤਾਂ ਆਊਗਾ, ਖੋਬੀ ਆਊਗਾ। ਕਹਿੰਦਾ ਬਾਪੂ ਨੇ ਤੈਨੂੰ ਘਰੇ ਮਿਲਣਾ ਹੀ ਨਹੀਂ। ਉਹ ਕਹਿੰਦਾ ਪਤੰਦਰਾ ਦੱਸਦਾ ਦੇ ਬਾਪੂ ਕਿੱਥੇ ਹੈ। ਉਹ ਕਹਿੰਦਾ ਮੈਂ ਇਸ ਬੂਟੇ ਤੋਂ ਤੋੜਦਾ, ਬਾਪੂ ਉਹ ਤੋੜੀ ਜਾਂਦਾ ਤੇ ਮਿਲਣਾ ਡੱਡੂ ਜੋ ਹੈ। ਸੁਖਬੀਰ ਘੱਟ ਤੇਰਾ ਪਿਓ ਨਹੀਂ, ਅੰਬ ਤੂੰ ਵੀ ਤੋੜੀ ਜਾਂਦਾ ਤੇ ਅੰਬਾ ਵੀ ਤੋੜੀ ਜਾਂਦਾ। ਜਿੰਨੇ ਤੋੜੇ ਦੋ ਕੰਮ ਕਰਾਉਣੇ ਥੋਥੋਂ, ਲੈ ਧਿਆਨ ਨਾਲ ਸੁਣਿਓ, ਦੋ ਕੰਮ ਕਰੇ ਕਰਨੇ ਪੈਣੇ ਆ। ਜੇ ਨਾ ਕੀਤੀ ਨਾ ਕੀਤੇ 2550 ਬੱਸਾਂ ਨਾ 7500 7650 ਕਰ ਲਾ, ਆਹ ਕੰਮ ਕਰਨਾ ਪੈਣਾ। ਰਾਮੋਵਾਲੀਆ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜਦੋਂ ਤੱਕ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਗਲ ਵਿੱਚ ਪਰਨਾ ਪਾ ਕੇ ਅਤੇ ਨੰਗੇ ਪੈਰੀ ਸਿੱਖਾਂ ਤੋਂ ਬੇਅਦਬੀਆਂ ਅਤੇ ਗੋਲੀ ਕਾਂਡ ਲਈ ਮਾਫ਼ੀ ਨਹੀਂ ਮੰਗਣਗੇ, ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਤੱਕ ਸੁਖਬੀਰ ਬਾਦਲ 10 ਸਾਲ ਤੱਕ ਸਿੱਖ ਸਿਆਸਤ ਤੋਂ ਲਾਂਭੇ ਨਹੀਂ ਹੁੰਦੇ, ਉਦੋਂ ਤੱਕ ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਰਾਮੋਵਾਲੀਆ ਨੇ ਸੁਖਬੀਰ ਬਾਦਲ ਦੀ ਤੁਲਨਾ ਸੱਪਣੀ ਨਾਲ ਵੀ ਕੀਤੀ। ਨੰਬਰ 1 ਜੋਰ ਸਵਾਲੇ ਬਰਗਾੜੀ ਬਾਬਲ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਵੀ ਬੇਅਦਬੀ ਦੀ, ਨੰਗੇ ਪੈਰੀ ਤੇ ਗਲ ਚ ਪੱਲੂ ਪਾ ਕੇ ਸਿੱਖਾਂ ਦੇ ਮੂਹਰੇ ਮਾਫੀ ਮੰਗਣੀ ਪੈਣੀ ਹੈ, ਅਸੀਂ ਮਨਾ ਕੇ ਛੱਡਣੀ। ਦੂਜੀ ਵੱਡੀ ਗੱਲ ਇਹ ਮਾਫੀ ਤੋਂ ਬਾਅਦ ਤੈਨੂੰ ਕਹਿਣਾ ਪਊ ਅਸੀਂ ਪਿਓ ਪੁੱਤ 10 ਸਾਲ ਲਈ ਪੰਥ
ਪੰਥ ਦੀ ਸਿਆਸਤ ਤੋਂ ਵੱਖਰੇ ਹੁੰਦੇ, ਪੰਥ ਦੇ ਮਾਲਕੇ ਨੂੰ ਚਲਾਉਣ ਉਦੋਂ ਘੱਟ ਅਸੀਂ ਮੰਨਣਾ ਹੀ ਨਹੀਂ। ਤੁਸੀਂ ਮੈਨੂੰ ਦੱਸ ਦਿਓ, ਇੰਨੇ ਸਕੂਲ ਹੈ, ਇੰਨੇ ਕਾਲਜ ਹੈ, ਕਦੇ ਪਹਿਲੀ ਜਮਾਤ ਪਾਸ ਪ੍ਰਿੰਸੀਪਲ ਦੇਖੇ? ਬੋਲੋ ਜੇ ਹੈਗੇ ਤੁਸੀਂ ਬੋਲ ਪੋ, ਤੇ ਬੋਲੋਗੇ ਕਿੱਥੇ, ਤੂੰ ਹੈ ਹੀ ਨਹੀਂ। ਇੱਕ ਸੁਖਬੀਰ ਹੈ, ਪਰਮਾਤਮਾ ਦੀ ਕਸਮ, ਨਾ ਉਹਨੂੰ ਸਿੱਖੀ ਆਉਂਦੀ ਹੈ, ਨਾ ਬਾਣੀ ਆਉਂਦੀ ਹੈ। ਆਹ ਮੇਰਾ ਪਿੰਨ ਹੈ, ਮੈਂ ਯੂਪੀ 'ਚ MLC ਹੈ, MLA ਹੈ, ਮੈਂ ਅਸਤੀਫਾ ਦੇ ਦੂੰ, ਪੰਜ ਪਿਆਰਿਆਂ ਦੇ, ਚਾਰ ਸਾਹਿਬਜ਼ਾਦਿਆਂ ਦੇ, 10 ਗੁਰੂ ਸਾਹਿਬਾਨਾਂ ਦੇ, ਅਤੇ ਬਿਨਾਂ ਕਾਗਜ਼ ਦੇਖਿਆ ਨਾ ਲੈ ਦੇਵੇ, ਆਉਂਦਾ ਹੀ ਕੱਖ ਨਹੀਂ। ਅਤੇ ਮਾਫ ਕਰਨਾ, ਉਹਨੂੰ ਬਣਾ ਦਿੱਤਾ ਇਸ ਸਾਰੇ ਕੰਮ ਦਾ ਲੀਡਰ। ਸੁਖਬੀਰ ਤੂੰ ਸੱਪਣੀ ਹੈ, ਹੁਣ ਤੁਸੀਂ ਮੇਰੇ ਤੇ ਮੱਚੋਗੇ ਵੀ ਸੱਪ ਨਹੀਂ ਕਹਿੰਦਾ, ਮੈਂ ਕੱਚਾ ਥੋੜੋ ਹੈ, ਤੁਹਾਨੂੰ ਪਤਾ ਮੈਂ ਕੱਚਾ ਨਹੀਂ, ਸਭ ਮੇਰੇ ਹਿਸਾਬ ਕਿਤਾਬ ਕੱਢੇ ਹੁੰਦੇ। ਤੂੰ ਸੱਪਣੀ ਹੈ ਸੁਖਬੀਰ, ਤੂੰ ਪੰਥ ਦਾ ਬੇੜਾ ਗਰ ਕੀਤਾ। ਦੁਨੀਆਂ 'ਚ ਸ਼ੇਰ ਹੈਗੇ, ਦੁਨੀਆਂ 'ਚ ਹਾਥੀ ਹੈਗੇ, ਦੁਨੀਆਂ 'ਚ ਚੂਹੇ ਹੈਗੇ, ਦੁਨੀਆਂ 'ਚ ਆ ਬੈਠਾ ਹਰਪਾਲਪੁਰ, ਉਹ ਬੈਠੇ ਮਨਿੰਗਲ ਵਾਲਾ ਮੱਖਣ ਸਿੰਘ, ਬੜਾ ਕੰਮ ਕਰਦੇ ਆ, ਪਰ ਹੈਗੇ ਹੈ ਸੁਖਬੀਰ ਇੱਕੋ ਇੱਕ ਸੁਪਨੀ ਹੈ। ਭੈਣੋ ਗੁੱਸਾ ਨਾ ਕਰਿਓ, ਇੱਕ ਡੂੰਘੀ ਗੱਲ ਹੈ। ਰੱਬ ਨੂੰ ਪੁੱਛਿਆ ਤੇਰੀ ਈਰਖਾ ਕਿਹਦੇ ਨਾਲ ਹੈ, ਰੱਬ ਕਹਿੰਦਾ ਮੇਰੀ ਮਿੱਠੀ ਜੀ ਈਰਖਾ ਮਾਂ ਨਾਲ ਹੈ। ਆਪਾਂ ਸਾਰੇ ਮਾਂ ਦੇ ਪੁੱਤ ਹੈ। ਉਹਨੇ ਪੁੱਛਿਆ ਕੀ, ਕਹਿੰਦਾ ਮੈਂ ਬੱਚੇ ਨੂੰ ਜਨਮ ਦਿੰਦਾ, ਕਾਂਜਲਾ ਸਾਹਿਬ ਹੈ, ਇਹ ਇਹਨਾਂ ਦੇ ਘਰ ਪਰਿਵਾਰ 'ਚ ਪੁੱਤਰ ਆਇਆ, ਮਹਾਰਾਜ ਨੇ ਦਿੱਤਾ ਹੈ। ਪਰ ਕਹਿੰਦਾ ਉਹੀ ਮੁੰਡਾ ਜਦੋਂ 6 ਮਹੀਨੇ ਦਾ ਹੋ ਜਾਏ, ਰੱਬ ਕਹਿੰਦਾ ਦਿੱਤਾ ਮੈਂ ਹੈ, ਜਨਮ ਮੈਂ ਦਿੱਤਾ, ਉੱਤੋਂ ਆਸ਼ੀਰਵਾਦ ਨਾ, ਜਦੋਂ 6 ਮਹੀਨੇ ਦਾ ਹੋ ਜਾਏ ਉਦੋਂ ਜੇ ਇਹਨੂੰ ਪੁੱਛੀਏ ਬਈ ਰੱਬ ਕਹੇ ਮੇਰੇ ਕੋਲ ਆ ਜਾ, ਤਾਂ ਮੁੰਡਾ ਕਹਿ ਦਿੰਦਾ ਮੈਂ ਹੀ ਨਹੀਂ ਆਉਣਾ, ਮੰਮੀ ਕੋਲ ਜਾਊਂ, ਕਹਿੰਦਾ ਮੇਰੇ ਕੋਲ ਹੀ ਨਹੀਂ ਆਉਂਦਾ। ਇਹ ਮਾਂ ਸਭਣੀ ਮਾਂ ਹੈ, ਪਰ ਇੱਕੋ ਮਾਂ ਹੈ ਜਿਹਦੇ 'ਤੇ ਇਲਜ਼ਾਮ ਹੈ ਕਿ ਸਭਣੀ ਆਪਦੇ ਆਂਡੇ ਆਪ ਪੀ ਲੈਂਦੀ ਹੈ। ਪਤਾ ਗੱਲ ਦਾ ਕਿ ਨਹੀਂ, ਪਤਾ ਨਹੀਂ ਹੋਣਾ ਪੂਰਾ, ਮੈਂ ਤਾਂ ਕੱਢ ਕੇ ਲਿਆ ਅੱਜ ਗ੍ਰੰਥ ਪੜ੍ਹ ਕੇ। ਸੁਖਬੀਰ ਤੂੰ ਉਹ ਸਪਣੀ ਹੈ ਜਿਹਨੇ ਪੰਥ ਦੇ ਆਂਡੇ ਪੀ ਲਏ, ਆਂਡੇ ਪੀਤੇ ਹੈ। ਉਰਦੂ ਦਾ ਇੱਕ ਸ਼ੇਅਰ ਹੈ, ਵੀਰ ਦਵਿੰਦਰ ਜੀ ਬੋਲ ਰਹਿੰਦੇ ਜ਼ਿਆਦਾ ਉਰਦੂ, ਉਰਦੂ ਦਾ ਸ਼ੇਅਰ ਹੈ ਕਿ ਕਭੀ ਕਭੀ ਐਸੇ ਜ਼ਖਮ ਹੋਤੇ ਹੈ ਜੋ ਹੱਥ ਲਾਇਆ ਵੀ ਦੁਖਦੇ ਹੈ ਅਤੇ ਮਰਮ ਲਾਇਆ ਵੀ ਦੁਖਦੇ ਹੈ। ਇਸ ਲਈ ਸੁਖਬੀਰ ਤੇਰੀ ਕੈਟਾਗਰੀ ਬਦਲ ਗਈ। ਮੈਂ ਦੋ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮਾਫ਼ ਕਰਨ ਲੱਗੀ, ਨਹੀਂ ਮੈਨੂੰ ਐਵੇਂ ਮੁੜ ਕੇ ਝੱਗਿਆ ਨਾ ਖਿੱਚਿਆ। ਸੁਖਬੀਰ ਨੂੰ ਹੰਕਾਰ ਵਾਲਾ, ਪੈਸੇ ਦਾ ਹੰਕਾਰ ਹੁੰਦਾ, ਵੱਡਿਆਂ ਵੱਡਿਆਂ ਨੂੰ ਹੋ ਜਾਂਦਾ,
ਸ਼ੇਰ ਦਾ ਵੱਡਾ ਭਰਾ, ਸ਼ੇਰ ਦਾ ਛੋਟਾ ਭਰਾ ਤੇ ਇੱਕ ਉਹਨਾਂ ਦਾ ਪੁੱਤ, ਚਾਰੇ ਬੈਠੇ ਸੀ ਚਾਰੇ ਜੰਗਲ 'ਚ। ਆ ਸੁਖਵੀਰ ਸਿੰਘ ਡਰ ਰੱਬ ਤੋਂ, ਰੱਬ ਤੋਂ ਡਰ, ਇਹ ਗੁਰੂ ਦੀ ਕਿਰਪਾ ਤੇ ਕਰੋਪੀ ਹੈ। ਜੇ ਗੁਰੂ ਦਾ ਚਿੱਤ ਕਰੇ ਪਿੰਗਲੇ ਨੂੰ ਪਹਾੜ ਤੇ ਚਾੜ ਦਿੰਦਾ, ਗੁਰੂ ਦਾ ਚਿੱਤ ਕਰੇ ਗੁੰਗੇ ਤੋਂ ਗੀਤਾ ਦੇ ਅਰਥ ਕਰਾ ਦਿੰਦਾ, ਗੁਰੂ ਦਾ ਚਿੱਤ ਕਰੇ ਬਚਿੱਤਰ ਸਿੰਘ ਤੋਂ ਸਭ ਨਾਗਣੀ ਨਾਲ ਆਖੀ ਜੇ ਚੀਕਾ ਕਢਾ ਦਿੰਦਾ ਹੈ, ਤੇ ਗੁਰੂ ਦਾ ਚਿੱਤ ਕਰੇ ਅੰਨੇ ਦੇ ਗਲੇਲੇ ਨਾਲ ਸੁਜਾਖੇ ਦੀਆਂ ਅੱਖਾਂ ਕੱਢ ਦਿੰਦਾ। ਤੂੰ ਇੰਨਾ ਹੰਕਾਰ ਕਿਉਂ ਕਰਦਾ? ਮੈਂ ਬੇਨਤੀ ਕਰਦਾ, ਸ਼ੇਰ ਕਹਿੰਦਾ ਵੀ ਜਾਨਵਰ ਆਪਾਂ ਵੱਡੇ ਹੈ, ਉਹ ਮੁੰਡਾ ਕਹਿੰਦਾ ਆਪਾਂ ਨੂੰ ਕੋਈ ਸ਼ਿਕਾਰ ਖੇਡ ਹੀ ਨਹੀਂ ਸਕਦਾ, ਸ਼ੇਰ ਕਹਿੰਦਾ ਚਾਂਬ ਲਿਆ ਸੀ ਨਾ। ਫਿਰ ਤਖਤੂਪੁਰੇ ਦਾ ਸ਼ੇਰ ਸੋ ਸੁੰਦਰ ਕਵੀਸ਼ਰ ਰਾਮਗੜੀਆ ਸੀ, ਉਹ ਲਿਖਦਾ ਕਹਿੰਦਾ ਉਹ ਹੰਕਾਰ ਨਾ ਕਰੋ ਸੁਖਵੀਰ, ਹੰਕਾਰ ਨਾ ਕਰ, ਤੂੰ ਕਹਿੰਦਾ ਸਾਨੂੰ ਹੱਥ ਨਹੀਂ ਕੋਈ ਲਾ ਸਕਦਾ, ਸ਼ੇਰ ਦੇ ਪੁੱਤ ਨੇ ਵੀ ਕਿਹਾ ਸੀ। ਪਰ ਸ਼ੇਰ ਦਾ ਤਾਇਆ ਕਹਿੰਦਾ ਸ਼ੇਰ ਹੁੰਦਾ, ਸ਼ੇਰ ਹੁੰਦਾ ਜੰਗਲ 'ਚ ਸਭ ਤੋਂ ਹੰਕਾਰੀ ਵੀ, ਪਰ ਬਚ ਕੇ ਰਹੋ ਕਦੇ ਕਦੇ ਜੰਮ ਪੈਂਦੇ ਆ ਸ਼ੇਰਾਂ ਦੇ ਸ਼ਿਕਾਰੀ ਵੀ। ਰਾਮੋ ਵਾਲੀਆ ਇੱਥੇ ਹੀ ਨਹੀਂ ਰੁਕੇ, ਰਾਮੋ ਵਾਲੀਆ ਨੇ ਸੁਖਵੀਰ ਬਾਦਲ ਨੂੰ ਚੈਲੰਜ ਕੀਤਾ ਕਿ ਜੇਕਰ ਉਹਨਾਂ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਚੰਗਾ ਕੰਮ ਕੀਤਾ ਹੋਵੇ ਤਾਂ ਉਹਨਾਂ ਨੂੰ ਸਟੇਜ ਤੇ ਜਾਂ ਕਿਤੋਂ ਵੀ ਆ ਕੇ ਗਿਣਵਾ ਸਕਦੇ ਨੇ। ਇਹ ਪੰਥ ਦੇ ਫੈਕਟਰੀ, ਮੈਂ ਇੱਕ ਜਿਹੜਾ ਬਸ ਆਖਰੀ ਹੈ, ਮੈਂ ਇੱਕ ਕੰਮ ਕੀਤੇ ਹੈ ਉਹਦੇ ਤੇ ਲਿਖਿਆ ਲੇਖ ਨਿਰਪਾਲ ਸਿੰਘ ਸ਼ੇਰਗਿੱਲ ਨੇ, ਇੱਕ ਦੀਪਾਲਪੁਰ ਸਾਹਿਬ ਹੈ ਉਹਨਾਂ ਨੇ ਇੱਕ ਲੇਖ ਲਿਖਿਆ ਕਿ ਰਾਮੂ ਵਾਲੀਆਂ ਨੇ ਕੰਮ ਬਹੁਤ ਕੀਤੇ। ਮੈਂ ਇਸ ਗੱਲ ਨੂੰ ਮੰਨਦਾ, ਮੈਂ ਕੰਮ ਕੀਤੇ ਹੈ, ਮੈਂ ਕਿਤਾਬ ਵੀ ਲਿਖੀ ਹੈ, ਹੁਣ ਵੀ ਕਰਾਂਗੇ। ਮੈਂ ਤਾਂ ਯੂਪੀ 'ਚ ਕਹਿੰਦਾ ਜਿੱਥੇ ਮੈਂ ਮੰਤਰੀ ਸੀ, ਹੁਣ ਮੈਂ MLA MLC ਹੈ, ਮੈਂ ਕਹਿੰਦਾ ਵੀ ਮੇਰੀ ਕੋਠੀ ਸੀ 10 ਨੰਬਰ, 10 ਨੰਬਰ ਕਾਲੀਦਾਸ ਮਾਰਗ ਤੇ ਲਖਨਊ। ਮੈਂ ਐਲਾਨ ਕੀਤਾ ਵੀ ਅਖਿਲੇਸ਼ ਬੈਠੇ ਤੋਂ ਇੱਕ ਬੰਦਾ ਕਹਿ ਦੇਵੇ ਕਿ ਉਹ ਮੈਨੂੰ ਮਿਲਣ ਆਇਆ ਤੇ ਮੈਂ ਉਹਦਾ ਕੰਮ ਨਹੀਂ ਕੀਤਾ, ਲੱਖ ਰੁਪਈਆ ਦੇਊਂ। ਲੈ ਸੁਖਵੀਰ ਦੱਸੀ ਇਹਨਾਂ ਗੱਲਾਂ ਦਾ ਜਵਾਬ, ਤੈਨੂੰ ਆਉਂਦਾ ਹੀ ਕੱਖ ਨਹੀਂ, ਟੱਕੇ ਨਾ ਜੁੱਤੀ ਨਾ ਹਿੱਕ ਨਾ ਪੈਸੇ ਦੇ ਜ਼ੋਰ ਨਾ। ਇੱਕ ਮੈਨੂੰ ਚੇਤਾ ਕਰਿਆ ਤਾਂ ਬਸ ਬੰਦ ਕਰਦਾ, ਇੱਕ ਉਹਨੂੰ ਮੱਤ ਦੇਣੀ ਅਖੀਰੀ, ਉਹ ਬਹੁਤ ਵਧੀਆ, ਤੁਸੀਂ ਕਹੋਗੇ ਚੰਗਾ ਰਹਿ ਗਿਆ, ਉਹਦੇ ਹੱਕ 'ਚ ਹੈ। ਨੰਬਰ ਇੱਕ, ਮੈਨੂੰ 5 ਢਾਡੀਆਂ ਦੇ ਨਾਂ ਦੱਸਦੇ ਆਉਂਦੇ ਹੀ ਨਹੀਂ ਸੁਖਵੀਰ, 5 ਕਮਿਸ਼ਨਰਾਂ ਦੇ ਨਾਂ ਦੱਸਦੇ, 5 ਪ੍ਰਚਾਰਕਾਂ ਦੇ ਨਾਂ ਦੱਸਦੇ, 5 ਕਥਾਵਾਚਕਾਂ ਦੇ ਨਾਂ ਦੱਸਦੇ, ਜਿਹੜੀਆਂ 5 ਕੁੜੀਆਂ ਵਿਦੇਸ਼ 'ਚੋਂ ਬਚਾ ਕੇ ਲਿਆਏ, 700 ਕੁੜੀ ਵੱਧ ਵੀ ਸਿੱਖ ਦੇ ਰਵਿਦਾਸੀਆਂ ਦੀ ਵਿਕੀ ਵੀ ਹੈ, ਜੇ ਤੂੰ ਇੱਕ ਵੀ ਲਿਆਏ, ਮੈਂ ਤਾਂ ਸਾਈਕਲਾਂ ਲਿਆਏ, 5 ਕੁੜੀਆਂ ਦੇ ਨਾਂ ਦੱਸਦੇ, 5 ਵਿਦੇਸ਼ 'ਚੋਂ ਲਿਆਉਂਦੇ ਮੁੰਡੇ ਬਚਾ ਕੇ ਨਾਂ ਦੱਸਦੇ, ਮੈਨੂੰ 5 ਜਿਹੜੇ ਬੰਦੇ ਬਾਹਰ ਮਰ ਗਏ ਉਹਨਾਂ ਦੀ ਲਾਸ਼ ਲਿਆਏ ਕਦੇ ਨਾਂ ਦੱਸਦੇ, 5 ਮੁੰਡੇ ਦਿੱਲੀ ਪੁਲਿਸ 'ਚ ਭਰਤੀ ਕਰਾਏ, ਮੈਂ 514 ਮੁੰਡੇ ਭਰਤੀ ਕਰਾਏ ਦਿੱਲੀ ਦੀ ਪੁਲਿਸ 'ਚ। ਜਿਹੜਾ ਸਰਸਾ ਸਾਹਿਬ ਮਨਜਿੰਦਰ ਸਿੰਘ
ਉਹਦੇ ਬਾਡੀਗਾਰਡ ਆ ਤਿੰਨ ਚਾਰ ਮੁੰਡੇ। ਮੈਂ ਚਾਹ ਪੀਣ ਗਿਆ, ਤਿੰਨ ਸਾਲ ਹੋ ਗਏ ਢਾਈ ਸਾਲ, ਉਹ ਮੇਰੇ ਗੋਡੀ ਹੱਥ ਲਾਉਣ ਮਗਰ ਤੁਸੀਂ ਕੌਣ ਹੈ? ਕਹਿੰਦੇ ਜੀ ਅਸੀਂ ਹਾਂ ਤਾਂ ਸੰਗਰੂਰ ਦੇ, ਪਟਿਆਲੇ ਦੇ, ਮੋਗੇ ਦੇ, ਪਰ ਭਰਤੀ ਤੁਸੀਂ ਕਰਾਈ ਸੀ। ਕਿੰਨੀ ਤਨਖਾਹ ਲੈਂਦੇ ਹੈ? 65,000। ਸੁਖਬੀਰ ਮੈਂ ਤਾਂ ਐਮ ਪੀ ਬਣਿਆ, ਮੈਂ ਤਾਂ ਮਿਨਿਸਟਰ ਬਣਿਆ ਸੈਂਟਰ 'ਚ, ਮੈਂ ਐਮ ਪੀ ਨਹੀਂ ਸੀ। ਮੈਂ ਯੂਪੀ 'ਚ ਵਜ਼ੀਰ ਬਣਿਆ, ਮੈਂ ਐਮ ਐਲ ਏ ਨਹੀਂ ਸੀ। ਇੱਕ ਬੰਦਾ ਕਹਿੰਦਾ ਕਿ ਰਾਮੂ ਵਾਲੀਆ ਵਜ਼ੀਰ ਬਣ ਗਿਆ ਬਾਦਲ ਦੇ, ਰੋਟੀ ਨਹੀਂ ਲੰਘੀ। ਦੂਜਾ ਟੀਚਰੀ ਜਿਹਾ ਸੀ ਰਜਿੰਦਰ ਸਿੰਘ ਕਾਂਝ ਲਿਆ ਗਿਆ, ਉਹ ਕਹਿੰਦਾ ਬਾਦਲ ਦੇ ਰੋਟੀ ਨਹੀਂ ਲੰਘੀ ਵੀ ਰਾਮੂ ਵਾਲੀਆ ਯੂਪੀ 'ਚ ਵਜ਼ੀਰ ਬਣ ਗਿਆ? ਉਹ ਕਹਿੰਦਾ ਹੈ। ਇਹ ਕਹਿੰਦਾ ਝੂਠ ਨਾ ਮਾਰੋ, ਤਾਂ ਪਾਣੀ ਵੀ ਨਹੀਂ ਲੰਘਿਆ। ਮਾਫ਼ ਕਰਨਾ ਆਖਰੀ ਗੱਲ, ਇਹ ਕਹਿ ਕੇ ਖਤਮ ਕਰਦਾ, ਸਿੱਖ ਧਰਮ ਦੀਆਂ ਪੰਜ ਕਿਤਾਬਾਂ ਪੜ੍ਹੀਆਂ ਦੱਸ ਦੇ। ਉਹ ਪੰਜ ਤਲਵੰਡੀ ਸਾਹਿਬ ਦੇ ਟੌੜਾ ਸਾਹਿਬ ਤੋਂ ਤੁਰ ਤੋਂ ਪਹਿਲਾਂ ਪੰਜ ਅਕਾਲੀ ਪ੍ਰਧਾਨਾਂ ਦੇ ਨਾਂ ਹੀ ਦੱਸ ਦੇ। ਉਹ ਹੋਰ ਹੈਗੇ ਦੱਸਣ ਵਾਲੇ, ਇਸ ਲਈ ਮੈਂ ਹੁਣ ਸਮਾਪਤ ਕਰਦਾ। ਗੱਲ 100 ਹੱਥ ਰੱਸਾ ਸਿਰੇ 'ਤੇ ਗੰਢ, ਮੁੰਡਿਓ ਲੋਕੋ ਬਾਦਲਾਂ ਦੀ ਕਿਸ਼ਤੀ 'ਚੋਂ ਜਿੰਨੇ ਤੁਹਾਡੇ ਲਿਹਾਜੀ ਆ ਤਾਰ ਲਓ। ਕਿਸ਼ਤੀ ਤੁਰਨ ਲੱਗੀ, ਇੱਕ 80 ਕੁ ਸਾਲ ਦਾ ਬਜ਼ੁਰਗ ਕਹਿੰਦਾ ਵੀ ਮੈਨੂੰ ਲਾ ਦੇ। ਕਿਸ਼ਤੀ ਤੁਰਨ ਲੱਗੀ, ਉਹ ਕਹਿੰਦਾ ਤੈਨੂੰ ਕਿਉਂ ਲਾ ਦਈਏ? ਕਹਿੰਦਾ ਡੁੱਬ ਜਾਣੀ ਹੈ। ਉਹ ਉਤਰਿਆ ਆ, ਬਾਹਰ ਸਿਆਣਿਆਂ ਨੇ ਪੁੱਛਿਆ ਕਿ ਤੁਸੀਂ ਉੱਤਰ ਕਿਉਂ ਆਏ? ਉਹ ਕਹਿੰਦਾ ਕਿਸ਼ਤੀ ਡੁੱਬ ਜਾਣੀ ਹੈ, ਧਿਆਨ ਨਾ ਸੁਣਿਓ। ਉਹ ਕਹਿੰਦਾ ਤੈਨੂੰ ਕਿਵੇਂ ਪਤਾ ਹੈ? ਨਵੀਂ ਕਿਸ਼ਤੀ ਆ, ਮਲਾਹ ਮਾਰ ਹੈ ਉਹਦਾ। ਕਿਸ਼ਤੀ 'ਚ ਕਬੋਤਾ ਬੈਠਾ ਹੈ, ਇੱਕ ਬਾਂਦਰ ਬੈਠਾ ਹੈ, ਇੱਕ ਬੱਚਾ ਬੈਠਾ ਹੈ, ਉਹਦੇ ਕੋਲ ਕੰਨ ਹੈ, ਕਾਨੇ ਨੂੰ ਸੂਲ ਲੱਗੀ ਹੈ, ਕਿਸ਼ਤੀ ਡੁੱਬ ਜਾਣੀ। ਉਹ ਕਹਿੰਦੇ ਇਹਦਾ ਕੀ ਮਤਲਬ? ਉਹ ਕਹਿੰਦਾ ਸੁਣ ਲੈ, ਜਦੋਂ ਵਿਚਾਰੇ ਦੀ ਕਿਸ਼ਤੀ ਗਈ, ਬੱਚੇ ਨੇ ਬਾਂਦਰ ਨੂੰ ਸੂਲ ਲਾਉਣੀ ਹੈ। ਬਾਂਦਰ ਬੈਠਾ ਤੇ ਬਾਂਦਰ ਨੇ ਛਾਲ ਮਾਰ ਕੇ ਬੋਤੇ 'ਤੇ ਬਹਿ ਜਾਣਾ। ਬੋਤੇ ਨੇ ਉੱਠ ਖੜਨੇ, ਜਿੱਧਰ ਬੋਤਾ ਹੋਇਆ ਕਿਸ਼ਤੀ ਡਰਮ ਦੇਣੀ ਗਈ। ਐ ਸੁਖਬੀਰ ਕਿੰਨੇ ਪੈਸੇ ਲਾ ਲੈ, ਤੇਰੀ ਕਿਸ਼ਤੀ ਬਾਂਦਰ ਤੇ ਬੋਤੇ ਵਾਂਗੂ ਹੈ, ਇਹ ਡੁੱਬ ਕੇ ਰਹੂਗੀ। ਜੁਗ ਜੁਗ ਜੀਵੋ ਵਾਹਿਗੁਰੂ ਜੀ ਕਾ ਵਾਹਿਗੁਰੂ। ਦੱਸ ਦਈਏ ਕਿ ਬੀਤੇ ਦਿਨ ਇਸ ਰੈਲੀ ਵਿੱਚ ਸੁਖਬੀਰ ਬਾਦਲ ਨੂੰ ਪੰਥ ਅਤੇ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਲਈ ਮਤਾ ਵੀ ਪਾਇਆ ਗਿਆ ਹੈ। ਦੂਜੇ ਪਾਸੇ ਅਕਾਲੀ ਦਲ ਨੇ ਇਸ ਰੈਲੀ ਨੂੰ ਫਲੋਪ ਸ਼ੋਅ ਦਾ ਨਾਂ ਦਿੱਤਾ ਹੈ। ਅਕਾਲੀਆਂ ਮੁਤਾਬਕ ਢੀਂਡਸਿਆਂ ਵੱਲੋਂ ਇਹ ਸਾਰਾ ਇਕੱਠ ਆਪਣੀ ਰਾਜ ਸਭਾ ਮੈਂਬਰੀ ਦੇ ਫੰਡਾਂ ਦੀ ਦੁਰਵਰਤੋਂ ਕਰਕੇ ਪੈਸੇ ਦੇ ਜ਼ੋਰ 'ਤੇ ਕੀਤਾ ਗਿਆ ਸੀ। ਪਰ ਫਿਰ ਵੀ ਇਹ ਤਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਟਕਸਾਲੀਆਂ ਦੇ ਇਸ ਇਕੱਠ ਨੇ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।